With your support, we can raise your voice globally. उन्होंने पगड़ी इशू नू बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिखी दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ. And it's just you know representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ French ਅਤੇ European courts ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ. ਡਾਕਟਰ ਸਾਹਿਬ, ਸਾਡੇ ਕੋਲ ਯੂਟਿਊਬ ਕਮੈਂਟ ਆਇਆ ਹੈ ਜੈ ਗੁਰਦੇਵ ਨਾਮ ਦੀ ਆਈਡੀ ਤੋਂ. ਸਾਡੇ ਸਿੱਖਾਂ ਦੀ ਦੁਨੀਆਂ ਨੂੰ ਰਾਹ ਦਿਖਾਉਣ ਦੀ ਸਮਰੱਥਾ ਸੰਬੰਧੀ ਵੀਡੀਓ ਤੇ ਇਹ ਲਿਖਦੇ ਹਨ, ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈ. ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ. ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਚੁੱਕਾ ਹੈ. ਦੂਜੀ ਪਰਤ ਲਗਭਗ 100 ਤੋਂ 200 ਫੁੱਟ ਉੱਤੇ ਹੈ. ਇਹ ਵੀ 10 ਸਾਲ ਪਹਿਲਾਂ ਸੁੱਕ ਗਈ ਸੀ. ਹੁਣ ਪੰਜਾਬ ਤੀਜੀ ਪਰਤ ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ ਨੂੰ ਵਰਤ ਰਿਹਾ ਹੈ, ਜੋ ਕਿ ਅਗਲੇ ਦਹਾਕੇ ਤੱਕ ਖਾਲੀ ਹੋ ਜਾਵੇਗੀ. ਇਸ ਤੀਜੀ ਪਰਤ ਵਿਚਲੇ ਪਾਣੀ ਦੇ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂ. ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨੀ 2 ਦਹਾਕਿਆਂ ਵਿੱਚ ਹਜ਼ਾਰਾਂ ਦੀ ਵੀ ਨਹੀਂ ਹੋਵੇਗੀ. ਸਾਇੰਸ ਦੱਸਦੀ ਹੈ ਕਿ ਤਿੰਨਾਂ ਪਰਤਾਂ ਵਿੱਚੋਂ ਕੇਵਲ ਉੱਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁਝ ਕੁਝ ਭਰ ਸਕਦੀ ਹੈ. ਜੇ ਪਾਣੀ ਭਰ ਵੀ ਜਾਵੇ, ਇਹ ਪਾਣੀ ਕਈ ਸਦੀਆਂ ਪੀਣ ਯੋਗ ਨਹੀਂ ਹੋਵੇਗਾ. ਦੂਜੀ ਅਤੇ ਤੀਜੀ ਪਰਤ ਵਿੱਚ ਪਾਣੀ ਲੱਖਾਂ ਸਾਲਾਂ ਵਿੱਚ ਪਹੁੰਚਦਾ ਹੈ. ਇਸ ਵਿਚਲਾ ਤੁਪਕਾ ਬੇਹੱਦ ਕੀਮਤੀ ਅਤੇ ਕੁਦਰਤ ਦਾ ਪੰਜਾਬ ਨੂੰ ਤੋਹਫਾ ਹੈ. ਭਾਰਤ ਸਰਕਾਰ ਨੂੰ ਦੁਨੀਆਂ ਭਰ ਦੇ ਸਾਇੰਸਦਾਨ ਕਈ ਦਹਾਕਿਆਂ ਤੋਂ ਚੇਤਾਵਨੀਆਂ ਦੇ ਰਹੇ ਸਨ ਕਿ ਪੰਜਾਬ ਵਿੱਚ ਖੇਤੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਕਰੋ, ਕਿਉਂਕਿ ਧਰਤੀ ਹੇਠਲਾ ਪਾਣੀ ਇਸ ਖੇਤਰ ਵਿੱਚ ਮਨੁੱਖੀ ਜੀਵਨ ਲਈ ਅਤ ਜ਼ਰੂਰੀ ਹੈ. ਪਰ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਪੰਜਾਬੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਏ. ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ. ਪੰਜਾਬ ਦੇ ਪਾਣੀ ਬਾਹਰ ਭੇਜਣ ਵਾਲਿਆਂ ਨੂੰ ਅੱਧੀ ਸਦੀ ਪਹਿਲਾਂ ਪਤਾ ਸੀ ਕਿ ਪੰਜਾਬ ਕਿੱਧਰ ਜਾ ਰਿਹਾ ਹੈ, ਪਰ ਕਿਸਾਨਾਂ ਨੂੰ ਨਹੀਂ. ਚਿੰਤਾ ਇਹ ਨਹੀਂ ਕਿ ਪੰਜਾਬ ਰੇਗਿਸਤਾਨ ਬਣੇਗਾ, ਇਹ ਹੈ ਕਿ ਕਿੰਨੀ ਛੇਤੀ ਬਣੇਗਾ. ਪੰਜਾਬ ਦੇ 13 ਲੱਖ ਟਿਊਬਵੈੱਲ ਪੰਜਾਬ ਨੂੰ ਲਗਾਤਾਰ ਖਾਤਮੇ ਵੱਲ ਲਿਜਾ ਰਹੇ ਹਨ.
ਇੱਕ ਅੰਦਾਜ਼ੇ ਅਨੁਸਾਰ ਅਗਲੇ 15 ਸਾਲਾਂ ਵਿੱਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਅਤੇ ਪੰਜਾਬ ਦੇ 2.5 ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ। ਦਰਿਆਈ ਪਾਣੀ ਵਿੱਚ 100 ਤੋਂ ਵੱਧ ਤਰ੍ਹਾਂ ਦੇ ਵੱਖ-ਵੱਖ ਮਿਨਰਲ ਅਤੇ ਸੈਡੀਮੈਂਟ ਹੁੰਦਾ ਹੈ ਜੋ ਕਿ ਕੁਦਰਤੀ ਤੌਰ ਉੱਤੇ ਵਧੀਆ ਫਸਲਾਂ ਵਾਸਤੇ ਧਰਤੀ ਨੂੰ ਉਪਜਾਊ ਬਣਾ ਕੇ ਰੱਖਦਾ ਹੈ। ਦਰਿਆਈ ਪਾਣੀ ਦੀ ਅਣਹੋਂਦ ਵਿੱਚ ਪੰਜਾਬ ਨੂੰ ਇਹ ਘਾਟ ਖਾਦਾਂ ਅਤੇ ਦਵਾਈਆਂ ਨਾਲ ਪੂਰੀ ਕਰਨੀ ਪਈ। ਪੰਜਾਬ ਇੱਕ ਪਾਸੇ ਤਾਜ਼ੇ ਪਾਣੀ ਦਾ ਅਣਮੁੱਲਾ ਜ਼ਖੀਰਾ ਖਤਮ ਕਰ ਚੁੱਕਾ ਹੈ, ਦੂਜੇ ਪਾਸੇ ਦਵਾਈਆਂ ਨਾਲ ਜ਼ਮੀਨ ਦੀ ਉੱਪਰਲੀ ਤਹਿ ਦੂਸ਼ਿਤ ਕਰ ਚੁੱਕਾ ਹੈ। ਪੰਜਾਬ ਕੇਵਲ ਰੇਗਿਸਤਾਨ ਹੀ ਨਹੀਂ ਬਣੇਗਾ ਬਲਕਿ ਜ਼ਹਿਰੀਲਾ ਰੇਗਿਸਤਾਨ ਬਣੇਗਾ ਅਤੇ ਅੱਜ ਦੀ ਪੀੜ੍ਹੀ ਸਾਹਮਣੇ ਹੀ ਬਣੇਗਾ। ਜੀ ਡਾਕਟਰ ਸਾਹਿਬ, ਇਹ ਤਾਂ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਜੈ ਗੁਰਦੇਵ, ਬਹੁਤ ਸੋਹਣਾ ਆਈਡੀ ਦਾ ਨਾਂ ਰੱਖਿਆ ਜੀ। ਇਹਨੇ ਕਿਹਾ ਹੋਣਾ ਵੀ ਇਹ ਦੂਜੇ ਸ਼ਿਵ ਸੈਨਾ ਵਾਲੇ ਸੰਧੂ ਬਰਾੜ ਤੇ ਗਿੱਲ ਬਣੇ ਹੋਏ ਨੇ ਤੇ ਅਸੀਂ ਕਿਉਂ ਨਾ ਜੈ ਗੁਰਦੇਵ ਬਣ ਜਾਈਏ। ਪਰ ਇਹਨਾਂ ਦੀ ਆਈਡੀ ਤੋਂ ਹਮੇਸ਼ਾ ਹੀ ਜਿੰਨੇ ਸਾਨੂੰ ਮੈਸੇਜ ਆਉਂਦੇ ਨੇ ਬੜੇ ਗਿਆਨ ਭਰਪੂਰ ਹੁੰਦੇ ਨੇ, ਔਰ ਪੂਰਾ ਇਹਨਾਂ ਨੇ ਆਪਣਾ ਰੀਸਰਚ ਵਰਕ ਕੀਤਾ ਹੁੰਦਾ। ਇੱਕ ਤਾਂ ਹੁੰਦਾ ਨਾ ਜੀ ਬਹੁਤ ਮਾੜਾ, ਮਰ ਗਏ, ਲੁੱਟੇ ਗਏ, ਇੱਕ ਹੁੰਦਾ ਤੱਥਾਂ ਦੇ ਨਾਲ ਗੱਲ ਕਰਨਾ। ਔਰ ਮੈਂ ਸਮਝਦਾ ਵੀ ਜਿਵੇਂ ਪਾਣੀਆਂ ਦੇ ਮੁੱਦੇ ਨੂੰ ਇਹਨਾਂ ਨੇ ਡਿਸਕ੍ਰਾਈਬ ਕੀਤਾ, ਅਸੀਂ ਵੀ ਜ਼ਿਕਰ ਕਰਦੇ ਹਾਂ ਕਿ ਭਾਈ ਇਹਨਾਂ 3 ਦਰਿਆਵਾਂ 'ਚ ਪਾਣੀ ਆਉਂਦਾ, ਇਹਨਾਂ ਰਾਜਸਥਾਨ ਨੂੰ ਦੇ ਦਿੱਤਾ, ਇਹਨਾਂ ਹਰਿਆਣੇ ਨੂੰ ਦੇ ਦਿੱਤਾ ਦੂਸਰਾ, ਪਰ ਕੀ ਫਰਕ ਹੈ ਦਰਿਆਈ ਪਾਣੀ ਦਾ ਔਰ ਜਿਹੜੀ ਟਿਊਬਵੈੱਲ ਲਾਈਨ ਸੀ। ਔਰ ਜਿਵੇਂ ਇਹਨਾਂ ਨੇ ਫਿਗਰ ਦਿੱਤੀ ਹੈ ਕਿ ਪੰਜਾਬ ਦੇ ਵਿੱਚ 13 ਲੱਖ ਟਿਊਬਵੈੱਲ ਨੇ ਜੀ। ਹੁਣ ਟਿਊਬਵੈੱਲ ਜਿਹੜੀਆਂ ਪਾਣੀ ਹੈ, ਪਾਣੀ ਤਾਂ ਜਿਹੜਾ ਜਦੋਂ ਵੀ ਅਕਾਲ ਪੁਰਖ ਨੇ ਇਸ ਧਰਤੀ ਨੂੰ ਸਾਜਿਆ, ਸੋ ਪਾਣੀ ਤਾਂ ਧਰਤੀ ਦਾ ਆਧਾਰ ਸੀ। ਔਰ ਇਉਂ ਕੋਈ ਇਹ ਵੀ ਇਸ ਪਲੈਨਟ ਦੇ ਉੱਤੇ ਅੱਜ ਵੀ ਜਿਹੜਾ 2 ਹਿੱਸੇ ਹੈ ਇਸ ਧਰਤੀ ਦਾ ਉਹ ਪਾਣੀ ਹੈ, ਇੱਕ ਹਿੱਸਾ ਧਰਤੀ ਹੈ, ਪਰ ਇੱਕ ਹਿੱਸਾ ਧਰਤੀ ਦੇ ਉੱਤੇ ਵੀ ਧੁਰ ਤੱਕ ਥੱਲੇ ਜਿਹੜਾ ਹੈ ਪਾਣੀ ਰੱਖਿਆ, ਔਰ ਪਾਣੀ ਦੇ ਨਾਲ ਹੀ ਜ਼ਿੰਦਗੀ ਹੈ। ਜੇ ਪਾਣੀ ਨਹੀਂ ਹੈ, ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਜੇਤੇ ਦਾਣੇ ਅੰਨ ਕੇ ਜੀਆਂ ਜੀਆਂ ਬਾਜ ਨਾ ਕੋਏ, ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਕਿ ਵੀ ਜਿੰਨੇ ਅੰਨ ਦੇ ਦਾਣੇ ਨੇ ਉਹਨਾਂ 'ਚ ਵੀ ਜ਼ਿੰਦਗੀ ਹੈ, ਲਾਈਫ ਹੈ। ਇਹ ਮੱਚ ਬਿਫੋਰ ਸੀ ਜਦੋਂ ਕਿ ਇਹ ਰੀਸਰਚ ਕਰਕੇ ਆਇਆ ਕਿ ਭਾਈ ਜਿਹੜੇ ਪਲਾਂਟਸ ਨੇ, ਲਿਵਿੰਗ ਬੀਂਗਸ ਨੇ, ਸਾਡੇ ਵਾਂਗ ਹੀ ਉਹਨਾਂ ਦੇ ਵਿੱਚ ਸੈਂਸਿਟੀਵਿਟੀ ਹੈ, ਹੁਣ ਸਾਡੇ ਵਾਂਗ ਹੀ ਉਹ ਗਰੋਅ ਹੁੰਦੇ ਨੇ, ਸਾਡੇ ਵਾਂਗ ਹੀ ਉਹਨਾਂ ਦੀ ਪੋਲੀਨੇਸ਼ਨ ਹੁੰਦੀ ਹੈ। ਅੱਜ ਕੱਲ੍ਹ ਜਿਵੇਂ ਹੁਣ ਐਲਰਜੀ ਸੀਜ਼ਨ ਚੱਲ ਰਿਹਾ, ਪਰ ਇਹ ਉਹਨਾਂ ਦਾ ਬਰੀਡਿੰਗ ਸੀਜ਼ਨ ਹੈ ਪਲਾਂਟਸ ਦਾ, ਜਦੋਂ ਪੋਲਨ ਉੱਡਦੇ ਨੇ, ਜਿਵੇਂ ਜਾਨਵਰਾਂ ਦੇ ਬਰੀਡਿੰਗ ਸੀਜ਼ਨ ਹੁੰਦੇ ਨੇ। ਸੋ ਇਸ ਸਾਰੇ ਨੂੰ ਗੁਰੂ ਨਾਨਕ ਸਾਹਿਬ ਨੇ ਇਸ ਤੋਂ ਬਿਯੋਂਡ ਜਾ ਕੇ ਬਿਆਨ ਕੀਤਾ ਕਿ ਭਾਈ ਪਲਾਂਟਸ ਦੇ ਵਿੱਚ ਤਾਂ ਲਾਈਫ ਹੈ ਹੀ, ਲੇਕਿਨ ਇਸ ਤੋਂ ਵੀ ਪਹਿਲਾਂ ਲਾਈਫ ਪਾਣੀ 'ਚ ਹੈ, ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ, ਕਿ ਜੇ ਪਾਣੀ ਨਹੀਂ ਹੈ ਤਾਂ ਜ਼ਿੰਦਗੀ ਨਹੀਂ ਹੋਏਗੀ। ਔਰ ਪਾਣੀ ਹੀ ਹਰਿਆਵਲ ਦਾ ਕਾਰਨ ਹੈ, ਪਾਣੀ ਹੀ ਪਲਾਂਟਸ ਦਾ ਕਾਰਨ ਹੈ, ਪਾਣੀ ਹੀ ਕ੍ਰੀਏਸ਼ਨ ਦਾ ਕਾਰਨ ਹੈ। ਔਰ ਪਵਨ ਗੁਰੂ, ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਕਈ ਜਗਤ ਪੜਨਗੇ, ਜਗਤ ਖੇਲੈ ਸਗਲ ਜਗਤ। ਹੁਣ ਪਵਨ ਗੁਰੂ ਪਾਣੀ ਪਿਓ ਹੈ, ਔਰ ਇਸ ਗੱਲ ਨੂੰ ਜਿਹੜਾ ਧਰਤੀ ਹੇਠਲਾ ਪਾਣੀ ਹੈ, ਜਦੋਂ ਦਰਿਆ ਵਗਦੇ ਨੇ, ਕੁਦਰਤ ਨੇ ਜਦੋਂ ਦਰਿਆ ਕੀਤੇ, ਔਰ ਉਹਦੇ 'ਚ ਬੜਾ ਖੂਬਸੂਰਤ ਹੈ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਹੁਣ ਕਵਾਓ ਕੀ ਹੈ? ਮਾਝੇ 'ਚ ਤੁਸੀਂ ਜਾਓ ਤੇ ਜਦੋਂ ਕੋਈ ਕਿਸੇ ਨਾਲ ਬੋਲਣੋਂ ਹਟ ਜਾਏ ਨਾ, ਤੇ ਉਹ ਕਹਿੰਦੇ ਨੇ ਮੇਰੇ ਨਾਲ ਤਾਂ ਕੂੰਦਾ ਹੀ ਨਹੀਂ ਹੈ, ਬੋਲਣ ਨੂੰ ਕੂਣਾ ਕਹਿੰਦੇ ਨੇ, ਕਿ ਉਹ ਨਿਰੰਕਾਰ ਇੱਕੋ ਵਾਰੀ ਕੂਇਆ ਤੇ ਉਹਨੇ ਚਾਰਜ ਫੇਰਾ ਪਸਾਰਾ ਕਰ ਦਿੱਤਾ।
ਕੀਤਾ ਪਸਾਓ ਇੱਕੋ ਕਵਾਓ, ਇੱਕੋ ਵਾਰੀ ਕੂਣ ਨਾਲ ਇੱਕ ਆਵਾਜ਼ ਨਾਲ ਉਹਨੇ ਤੇ ਪਸਾਰਾ ਕੀ ਕੀਤਾ, ਕੀਤਾ ਪਸਾਓ ਇੱਕੋ ਕਵਾਓ ਦਿਸਤੇ ਹੋਏ ਦਰਿਆ ਵਾਟਰ ਰਿਵਰਸ। ਹੁਣ ਜਦੋਂ ਰਿਵਰਸ ਫਲੋ ਕਰਦੀਆਂ ਨੇ ਦਰਿਆਈ ਪਾਣੀ, ਦਰਿਆ ਪਹਾੜਾਂ ਚੋਂ ਜਿਵੇਂ ਉੱਥੇ ਹਿਮਾਲਿਆਜ਼ ਹੈ, ਸਤਲੁਜ ਦਾ ਬੇਸ ਉੱਪਰ ਹੈ, ਬਿਆਸ ਦਾ ਉੱਥੇ ਹੈ, ਰਾਵੀ ਕਿਤੋਂ ਆਉਂਦੀ ਹੈ, ਜਾਂ ਕਸ਼ਮੀਰ ਦੀਆਂ ਪਹਾੜੀਆਂ ਨੇ ਚਨਾਬ ਜੇਹਲਮ, ਅਤੇ ਜਦੋਂ ਪਾਣੀ ਤੁਰਦਾ ਉੱਥੋਂ ਇੱਕ ਤਾਂ ਹੁੰਦਾ ਮੀਂਹਾਂ ਦੇ ਨਾਲ ਹੁੰਦਾ, ਪਰ ਗਲੇਸ਼ੀਅਰ ਮੈਲਟ ਕਰਦੇ ਨੇ ਬੜੇ ਬੜੇ ਪਹਾੜ ਉਹਨਾਂ, ਅਤੇ ਜਦੋਂ ਪਾਣੀ ਨਿਕਲਦਾ ਉਸ ਦਰਿਆ ਦੇ ਵਿੱਚ ਬਹੁਤ ਸਾਰੇ ਨਾਲੇ ਰਸਤੇ ਦੇ ਵਿੱਚ ਮਿਲਦੇ ਮਿਲਦੇ ਉਹਨੂੰ ਵੱਡਾ ਬਣਾਉਂਦੇ ਨੇ। ਤੁਸੀਂ ਕਦੇ ਵੀ ਓਰੀਜਨ ਜਾ ਕੇ ਦੇਖੋ ਜਿੱਥੋਂ ਸਤਲੁਜ ਨਿਕਲਦਾ ਉਹ ਤਾਂ ਮਾਨਸਰੋਵਰ ਅਤੇ ਬੱਚ ਹੈ, ਬਿਆਸ ਨਿਕਲਦਾ ਹਿਮਾਚਲ ਚੋਂ, ਇੰਨੀ ਕੁ ਥਾਂ ਹੁੰਦੀ ਹੈ ਝਰਨਾ ਜਿਹਾ, ਪਰ ਉਹ ਜਿਉਂ 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 ਜਾਂਦਾ ਵੱਡੇ ਹੁੰਦੇ ਜਾਂਦੇ ਨੇ। ਹੁਣ ਕੀ ਹੈ ਵੀ ਜਦੋਂ ਨਾਲੇ ਵੀ ਨਿਕਲਦੇ ਨੇ ਉਹ ਵਗਦੇ ਨੇ, ਧਰਤੀ ਦੇ ਵਿੱਚ ਆਪਣੇ ਮਿਨਰਲਸ ਨੇ, ਆਪਣੇ ਖਾਦ ਪਦਾਰਥ ਨੇ, ਆਪਣੀ ਰਿਚਨੈਸ ਹੈ, ਸੋ ਉਹ ਪਾਣੀ ਰਿਚ ਹੁੰਦਾ ਜਾਂਦਾ, ਅਮੀਰ ਪਾਣੀ ਹੁੰਦਾ। ਸੋ ਜਦੋਂ ਉਹਨਾਂ ਦਰਿਆਵਾਂ 'ਚੋਂ ਨਹਿਰਾਂ ਨਿਕਲਦੀਆਂ ਸੀ, ਨਹਿਰੀ ਪਾਣੀ ਜਿਹੜਾ ਬੜਾ ਹੈਲਥੀ ਵਾਟਰ ਸੀ ਕਿਉਂਕਿ ਉਹਦੇ 'ਚ ਮਿਨਰਲਸ ਵੀ ਸੀ ਦੂਜੇ ਵੀ ਸੀ। ਹੁਣ ਇਹਨਾਂ ਨੇ ਕੀ ਕੀਤਾ, ਦਰਿਆ ਤਾਂ ਉੱਥੇ ਹੀ ਰੋਕ ਲਏ, ਭਾਖੜਾ ਬਣਾ ਦਿੱਤਾ, ਥੀਣ ਬਣਾ ਦਿੱਤਾ, ਔਰ ਪੌਂਗ ਡੈਮ ਬਣਾ ਦਿੱਤਾ ਸਤਲੁਜ ਬਿਆਸ ਰਾਵੀ 'ਤੇ ਥੱਲੇ ਕੀ। ਔਰ ਜਦੋਂ ਪਾਣੀ ਵਗਦਾ ਕਿਉਂਕਿ ਥੱਲੇ ਕੋਈ ਪੱਕੀ ਤਾਂ ਸੀਮੈਂਟਡ ਹੁੰਦੀ ਨਹੀਂ, ਪਾਣੀ ਫਿਰ ਸਿੱਪਦਾ ਵੀ ਜਾ, ਜਿੰਨਾ ਪਾਣੀ ਦਰਿਆ 'ਚੋਂ ਹੁੰਦਾ ਉਹ ਚਾਰ ਚੁਫੇਰੇ ਕਈ ਸੌ ਮੀਲ ਤੱਕ ਉਹਦੀ ਸੀਪੇਜ ਹੁੰਦੀ ਹੈ। ਇਸ ਲਈ ਜਿਹੜਾ ਅੰਡਰਗਰਾਊਂਡ ਵਾਟਰ ਹੈ ਉਹ ਵੀ ਰਿਪਲੀਟ ਹੁੰਦਾ ਜਾਂਦਾ, ਉਹ ਪੂਰਾ ਹੁੰਦਾ ਜਾਂਦਾ। ਸੋ ਇਸ ਤਰੀਕੇ ਨਾਲ ਧਰਤੀ ਦਾ ਅੰਡਰਗਰਾਊਂਡ ਪਾਣੀ ਵੀ ਕਾਇਮ ਰਹਿੰਦਾ, ਦਰਿਆਈ ਪਾਣੀ ਮਿਨਰਲਸ ਵੀ ਲਿਆਉਂਦਾ ਹਰ ਸਾਲ, ਜਿਹੜਾ ਉਹ ਜੋ ਦਰਿਆ ਰਾਉਂਡ ਦਾ ਈਅਰ ਹੁੰਦੇ ਨੇ, ਬਰਸਾਤਾਂ 'ਚ ਜ਼ਿਆਦਾ ਹੁੰਦਾ। ਸੋ ਇਸ ਤਰੀਕੇ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਕਾਇਮ ਰਹਿੰਦੀ ਹੈ। ਔਰ ਜਿਵੇਂ ਇਹਨਾਂ ਨੇ ਬਿਆਨ ਕੀਤਾ ਕਿ ਤਿੰਨ ਪਰਤਾਂ 10 ਤੋਂ 20 ਫੁੱਟ, 100 ਤੋਂ 200, ਅਤੇ ਤੀਸਰੀ 300 ਫੁੱਟ ਤੋਂ ਵੀ ਜ਼ਿਆਦਾ ਡੂੰਘੀ। ਔਰ ਇਹ ਗੱਲ ਬਿਲਕੁਲ ਠੀਕ ਹੈ, ਸਾਡੇ ਬਜ਼ੁਰਗ ਦੱਸਦੇ ਸੀ ਕਿ ਜਦੋਂ 1950 'ਚ ਕੈਰੋਂ ਦੇ ਵੇਲੇ ਟਿਊਬਵੈੱਲ ਸਕੀਮ ਆਈ, ਅਤੇ ਜਦੋਂ ਈਵਨ ਤੁਸੀਂ ਖੂਹ ਵੀ ਪਾਣੀ ਤਾਂ 15 ਫੁੱਟ 'ਤੇ ਸੀ, ਅੰਮ੍ਰਿਤਸਰ ਔਰ ਇਹਨਾਂ ਜ਼ਿਲ੍ਹਿਆਂ 'ਚ ਗੁਰਦਾਸ ਕਈ ਥਾਂ 'ਤੇ 12-12 ਫੁੱਟ 'ਤੇ ਪਾਣੀ ਸੀ, ਪੂਰੇ ਪ੍ਰਣਾਲੇ ਵਾਂਗ ਵਗਦਾ ਸੀ ਪੂਰਾ। ਹੁਣ ਇੰਨਾ ਕੁ ਇੱਧਰੋਂ ਝੋਨਾ ਸਾਡੇ ਸਿਰ ਪਾਤਾ ਕਿ ਬਈ ਇਹ ਬੀਜੋ ਕਰ ਕਰਕੇ, ਹੁਣ ਉਹ ਖੂਹ ਵਾਲੀ ਤਾਂ ਗੱਲ ਹੁੰਦਾ ਸਬਮਰਸੀਬਲ ਪੰਪ ਆ ਗਏ, ਔਰ ਜਿਹੜਾ 300 ਫੁੱਟ ਪਾਣੀ ਵੀ ਹੈ ਕਿੰਨੀ ਕੁ ਦੇਰ ਅਲਟੀਮੇਟਲੀ, ਕਿ ਜਦੋਂ ਮੀਂਹ ਵੀ ਪੈਂਦੇ ਨੇ ਉਤਲਾ 10-15 ਫੁੱਟ ਪਾਣੀ ਨੂੰ ਉਹ ਬੇਸ਼ੱਕ ਕਰਦੇ, ਪਰ ਉਹ ਵੀ ਪੀਣ ਲਾਇਕ ਨਹੀਂ ਹੈ, ਕਿਉਂਕਿ ਗੱਲ ਇੱਕ ਪਾਸੇ ਪਾਣੀ ਥੱਲੇ ਗਿਆ, ਦੂਜੇ ਪਾਸੇ ਤੁਸੀਂ ਜ਼ਿਆਦਾ ਫਸਲਾਂ ਲੈਣ ਲਈ ਜਿਹੜਾ ਖਾਦਾਂ ਔਰ ਦਵਾਈਆਂ ਪਾਈਆਂ, ਪੈਸਟੀਸਾਈਡਸ, ਫਰਟੀਲਾਈਜ਼ਰ ਸਭ ਜ਼ਹਿਰੀਲੇ, ਉਹਨਾਂ ਨੇ ਜ਼ਮੀਨ ਵੀ ਜਿਹੜੀ ਹੈ ਜ਼ਹਿਰੀਲੀ ਕਰ ਦਿੱਤੀ, ਪਾਣੀ ਵੀ ਜ਼ਹਿਰੀਲਾ ਕਰ ਦਿੱਤਾ। ਨਤੀਜੇ ਦੇ ਤੌਰ 'ਤੇ ਕਿ ਵੀ ਅੱਜ ਹਾਲਤ ਇਹ ਨੇ, ਔਰ ਇਹਨਾਂ ਦਾ ਇਹ ਕਹਿਣਾ ਕਿ ਵੀ ਪਤਾ ਨਹੀਂ ਇਹ ਕਿੰਨਾ ਕੁ ਵਕਤ ਹੋ ਰਿਹਾ, ਪੰਜਾਬ ਦੀ ਆਬਾਦੀ ਇਸ ਵੇਲੇ 25 ਮਿਲੀਅਨ ਦੇ ਕਰੀਬ ਹੈ, ਕਿ 2.5 ਕਰੋੜ ਲੋਕ ਜਿਹੜੇ ਨੇ ਇਹ ਛੱਡ ਕੇ ਪੰਜਾਬ ਚਲੇ ਜਾਣਗੇ। ਹੁਣ ਸਵਾਲ ਇਹ ਨਹੀਂ ਹੈ ਕਿ ਪੰਜਾਬ ਡੈਜ਼ਰਟ ਬਣੇਗਾ ਕਿ ਨਹੀਂ ਬਣੇਗਾ, ਪਰ ਕਿੰਨੀ ਜਲਦੀ ਬਣੇਗਾ ਇਹ ਜਿਹੜੀ ਹੈ ਇਸ ਦੇ ਉੱਤੇ ਸਵਾਲੀਆ ਨਿਸ਼ਾਨ ਹੋ ਸਕਦਾ। ਸੋ ਮੈਂ ਸਮਝਦਾ ਵੀ ਇਹ ਬੜੀ ਹਰੀ ਹੁਣ ਹੋਇਆ, ਇਹਨਾਂ ਨੇ ਕੀਤਾ ਕਿ ਉੱਪਰ ਡੈਮਾਂ 'ਤੇ ਪਾਣੀ ਰੋਕ ਲਿਆ, ਅਤੇ ਪੱਕੀਆਂ ਉਹ ਸਾਰੇ ਦੇ ਨਾਲ ਜਿਹੜਾ ਉਹਨਾਂ ਨੇ ਪਾਣੀ ਤੋੜ ਦਿੱਤਾ। ਹੁਣ ਨਾ ਨਹਿਰਾਂ ਵੀ ਬਹੁਤ ਥੱਲੇ ਚਲੀਆਂ ਗਈਆਂ ਕਿਉਂਕਿ ਉਹਦਾ ਇਸਤੇਮਾਲ ਵੀ ਘੱਟ ਹੈ, ਟਿਊਬਵੈੱਲਾਂ ਦਾ ਸਹਾਰਾ ਲੈਣ ਲੱਗ ਗਏ, ਪ੍ਰੈਸਟੀਜ ਇਸ਼ੂ ਵੀ ਬਣ ਗਿਆ ਜੀ, ਸਾਡੇ ਟਿਊਬਵੈੱਲ ਲੱਗੇ ਨੇ ਜੀ, ਸਾਡੇ ਫਲਾਣਾ ਜੀ, ਸੋ ਬੰਬੀ ਕਿ ਬੰਬੀ 'ਤੇ ਆ ਜਾਓ ਜੀ। ਸੋ ਹੁਣ ਇਸ ਸਾਰੇ ਨੂੰ ਦਾ ਨਤੀਜਾ ਇਹ ਹੈ ਕਿ ਪੰਜਾਬ ਦਾ ਪਾਣੀ, ਪੰਜਾਬ ਦੀ ਮਿੱਟੀ, ਫਿਰ ਗੱਲ ਇੱਥੇ ਇਹਨਾਂ ਨੇ ਬੇਸ਼ੱਕ ਟੱਚ ਨਹੀਂ ਕੀਤੀ,
ਇਸ ਜ਼ਹਿਰੀਲੀ ਜਿਹੜੀ ਪਾਰਟ ਹੈ ਕਹਾਣੀ ਜਿਹਦੇ ਚ ਮਿੱਟੀ ਔਰ ਪਾਣੀ ਦੋਨੋਂ ਜ਼ਹਿਰੀਲਾ ਹੈ, ਅੱਜ ਸਾਡਾ ਮਾਲਵਾ ਰੀਜਨ ਜਿਹੜਾ ਉਹ ਸਭ ਤੋਂ ਵੱਡਾ ਦੁਨੀਆਂ ਦੀ ਕੈਂਸਰ ਕੈਪੀਟਲ ਬਣ ਗਿਆ। ਕੈਂਸਰ ਬਿਮਾਰੀਆਂ, ਐਲਰਜੀ ਔਰ ਕਿਸ ਕਿਸਮ ਦੀਆਂ ਹੋਰ ਬਿਮਾਰੀਆਂ ਨੇ। ਸੋ ਇਹ ਹੋਰੀਫਾਈਂਗ ਪਿਕਚਰ ਹੈ ਜੀ, ਔਰ ਇਹਦਾ ਹੱਲ ਕੀ ਹੈ? ਇਨ ਦਾ ਐਂਡ ਆਫ ਦਾ ਡੇ ਉਹਨਾਂ ਨੇ ਸਾਨੂੰ ਕਾਲਨੀ ਬਣਾਇਆ, ਉਹ ਤਾਂ ਡੈਜ਼ਰਟ ਬਣਾਉਣਗੇ, ਉਹ ਤਾਂ ਇਸ ਹੱਦ ਤੱਕ ਜਾਣਗੇ ਕਿ ਉਹ ਸਿੱਖਾਂ ਨੂੰ ਖਲੋਣ ਨਹੀਂ ਦੇਣਗੇ। ਔਰ ਜਿਹੜਾ ਪਾਕਿਸਤਾਨ ਨੂੰ ਅੱਜ ਤੱਕ ਐਕਸੈਪਟ ਨਹੀਂ ਕਰਦੇ, ਮੈਂ ਜਦੋਂ ਪੁਰਾਣਾ ਕੋਈ ਲਿਟਰੇਚਰ ਦੇਖਦਾ ਤੇ ਉਦੋਂ ਇਸ ਕਿਸਮ ਦੀਆਂ ਹੀ ਆਰੀਆ ਜਿਹੜੀ ਇਸ ਕਿਸਮ ਦੀਆਂ ਇਹਨਾਂ ਦੀਆਂ ਮੈਗਜ਼ੀਨ ਸੀ, ਪਬਲੀਕੇਸ਼ਨ ਸੀ, ਉਹਨਾਂ ਦੇ ਵਿੱਚ ਇਸ ਕਿਸਮ ਦੀਆਂ ਜਿਹੜੀਆਂ ਸਲੋਗਨ ਦਿੱਤੇ ਹੁੰਦੇ ਸੀ ਕਿ ਸ਼ਮਸ਼ਾਨ ਭਲੇ ਹੀ ਬਣ ਜਾਵੇ, ਬਣ ਸਕਤਾ ਪਾਕਿਸਤਾਨ ਨਹੀਂ, ਕਿ ਅਸੀਂ ਸ਼ਮਸ਼ਾਨ ਬਣਾ ਦਿਆਂਗੇ ਸਾਹਿਬ ਨੂੰ, ਪਾਕਿਸਤਾਨ ਨਹੀਂ ਬਣਨ ਦਿਆਂਗੇ। ਸੋ ਸਿੱਖ ਤਾਂ ਖਾਲਿਸਤਾਨ ਕਹਿ ਕੇ ਲਿਬਰੇਟ ਹੋਣਾ ਚਾਹੁੰਦੇ ਨੇ, ਉਹ ਕਹਿੰਦੇ ਅਸੀਂ ਤਾਂ ਤੁਹਾਡੀਆਂ ਜਨਰੇਸ਼ਨਸ ਡਰੱਗੀ ਬਣਾ ਦਿਆਂਗੇ, ਤੁਹਾਡੀ ਮਿੱਟੀ ਜਿਹੜੀ ਹੈ ਜ਼ਹਿਰੀਲੀ ਹੋਏਗੀ, ਪਾਣੀ ਤੁਹਾਡੀ ਇੱਕੋ ਇੱਕ ਦੌਲਤ ਆ ਉਹ ਖੋਹ ਲਾਂਗੇ, ਕਿੱਥੇ ਬਣਾਓਗੇ ਖਾਲਿਸਤਾਨ? ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਇੱਕ ਬੜੀ ਠੀਕ ਪਿਕਚਰ ਵਿਚ ਇਜ਼ ਹੋਰੀਫਾਈਂਗ, ਬੜੀ ਖੌਫਨਾਕ ਹੈ ਪਰ ਇਹ ਹਕੀਕਤ ਹੈ, ਉਸ ਨੂੰ ਬਿਆਨ ਕੀਤਾ ਜੀ। ਰਸਾਸ ਨਾਲ ਨੇ ਬ੍ਰੇਕ, ਵਿਊਅਰਸ ਵਿਚਾਰਾਂ ਨਾਲ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।